ਨਾਲ ਅਸੀਂ ਗੌਰਮੈਂਟ ਜਿੰਨੀਆਂ ਵੀ ਗੌਰਮੈਂਟਾਂ ਆਈਆਂ ਨੇ ਉਹਨਾਂ ਦੇ ਆਧਾਰ ਤੇ ਨਹੀਂ ਰਹਿੰਦੇ ਅਸੀਂ ਲੋਕਾਂ ਦੇ ਆਧਾਰ ਤੇ ਰਹਿੰਦੇ ਹਾਂ ਪਾਕਿਸਤਾਨ ਦੀ ਪਬਲਿਕ ਪੂਰੀ ਦੁਨੀਆਂ ਦੀ ਪਬਲਿਕ ਨਾਲੋਂ ਚੰਗੀ ਹੈ ਪਹਿਲੇ ਤੇ ਮੈਂ ਇਹ ਕਹਿਣਾ ਚਾਹਣਾ ਦੂਸਰਾ ਇਹ ਕਿ ਬਿਫੋਰ ਪਾਰਟੀਸ਼ਨ 1947 ਤੋਂ ਪਹਿਲੇ ਅਸੀਂ ਤੇ ਖਾਲਸਾ ਸਕੂਲ ਵਿਚ ਪੜ੍ਹਦੇ ਸਾਂ ਲੇਕਿਨ ਅੰਜਮਨ ਹਮਾਇਤ ਸਕੂਲ ਦੇ ਜਿਹੜੇ ਮਦਰੱਸੇ ਸਨ ਜਿਹੜੇ ਸਕੂਲ ਸਨ ਉਥੇ ਸੁਬਹਾ ਨੂੰ ਦੁਆ ਪੜ੍ਹੀ ਜਾਂਦੀ ਸੀ ਯਾ ਰੱਬ ਦਿਲੇ ਮੁਸਲਿਮ ਕੋ ਵੋ ਜ਼ਿੰਦਾ ਤਮੰਨਾ ਦੇ ਜੋ ਕਲਬ ਕੋ ਗਰਮਾ ਦੇ ਔਰ ਰੂਹ ਕੋ ਤਰਪਾ ਦੇ ਫਿਰ ਵਾਦੀ ਫਾਰਾ ਕੇ ਹਰ ਜ਼ਰਰੇ ਕੋ ਚਮਕਾ ਦੇ ਅਹਿਸਾਸ ਅਨਾਇਤ ਕਰ ਆਸਾਰ ਮੁਸੀਬਤ ਕਾ ਇਹ ਸਮਾਂ ਹੁਣ ਉਹ ਆ ਗਿਆ ਕਿ ਤੁਸੀਂ ਉਹ ਜਿਹੜੀਆਂ ਮੁਰੱਕਾ ਅਦਬ ਵਿਚ ਜਾਂ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਲਿਖੀਆਂ ਸਨ ਜਿਨ੍ਹਾਂ ਦੀ ਵਜ੍ਹਾ ਕਰਕੇ ਨਾਰੇ ਮਾਰ ਕੇ ਤੁਸੀਂ ਪਾਕਿਸਤਾਨ ਬਣਾਇਆ ਸੀ ਉਹ ਪਾਕਿਸਤਾਨ ਬਣਦਿਆਂ ਨਾਲ ਹੀ ਉਹ ਕਿਤਾਬਾਂ ਜਿਹੜੀਆਂ ਨੇ ਪਤਾ ਨੀ ਸਮੁੰਦਰ ਚ ਰੋੜ ਦਿੱਤੀਆਂ ਜਾਂ ਸਾੜ ਸੁੱਟੀਆਂ ਤੁਹਾਡਾ ਨਿਸਾਬ ਖਤਮ ਕਰ ਦਿੱਤਾ ਗਿਆ ਉਹ ਰੀ ਵਜ੍ਹਾ ਕਰਕੇ 47 ਤੋਂ ਲੈ ਕੇ ਅੱਜ ਤੱਕ ਕਿਸੇ ਨੂੰ ਸ਼ਊਰ ਹੀ ਨਹੀਂ ਹੈਗੀ ਬੱਚੇ 20-25 ਸੇਰ ਦਾ ਬੱਸਾ ਲਿਜਾਂਦੇ ਨੇ ਲੇਕਿਨ ਇਸਲਾਮ ਦੇ ਬਾਰੇ ਜਾਂ ਮੁਸਲਮਾਨਾਂ ਦੇ ਬਾਰੇ ਉਹਦੇ ਵਿੱਚ ਕੋਈ ਮੇਰਾ ਖਿਆਲ ਇਹ ਗੱਲ ਨਹੀਂ ਹੁੰਦੀ ਮੈਂ ਤੇ 5ਵੀਂ ਚ ਪੜ੍ਹਦਾ ਹਾਂ ਜਦੋਂ ਪਾਕਿਸਤਾਨ ਬਣ ਗਿਆ ਮੈਨੂੰ ਜ਼ਿਆਦਾ ਤਾਰੀਖ ਦਾ ਨਹੀਂ ਪਤਾ ਦੂਸਰਾ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਵਾ ਕਿ ਤੁਸੀਂ ਮੁਹੰਮਦ ਬਿਨ ਕਾਸਿਮ ਖਾਲਿਦ ਬਿਨ ਵਲੀਦ ਮਹਿਮੂਦ ਗਜ਼ਨਵੀ ਸਲਾਹਉਦੀਨ ਅਯੂਬੀ ਔਰੰਗਜ਼ੇਬ ਆਲਮਗੀਰ ਔਰ ਸਲਾਹਉਦੀਨ ਅਯੂਬੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਹਜ਼ਰਤ ਉਮਰ ਫਾਰੂਕ ਔਰ ਹਜ਼ਰਤ ਉਸਮਾਨ ਗਨੀ ਦੀ ਸਖਾਵਤ ਜਿਵੇਂ ਸਭ ਕੁਝ ਉਹ ਦੇ ਦਿੰਦੇ ਸਨ ਅੱਜ ਮੁਸਲਮਾਨ ਪੈਸੇ ਦੇ ਪੁਜਾਰੀ ਬਣ ਗਏ ਨੇ ਇਹ ਕੋਈ ਵਜ੍ਹਾ ਹੈ ਕਿ ਤੁਹਾਡੇ ਉੱਤੇ ਇਹ ਸ਼ਾਮਤਾ ਨੇ ਇਹਨਾਂ ਨੂੰ ਤੁਸੀਂ ਠੀਕ ਕਰੋ ਦੂਸਰਾ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਨਾ ਕਸ਼ਮੀਰ ਕਸ਼ਮੀਰ ਦਾ ਜ਼ਿਕਰ ਕੀਤਾ ਜਾਂਦਾ ਹੈ ਐਰਕੀ ਗੁਰੂ ਨਾਨਕ ਜਨਮ ਦਿਨ ਦੇ ਉੱਤੇ ਸਾਡੀਆਂ ਸੰਗਤਾਂ ਆਈਆਂ ਨੇ ਦਿੱਲੀ ਦੇ ਵਿੱਚ ਪਾਕਿਸਤਾਨ ਐਮਬੈਸੀ ਨੇ 500 ਕਸ਼ਮੀਰ ਦੇ ਸਿੱਖਾਂ ਦਾ ਵੀਜ਼ਾ ਜਿਹੜਾ ਬਣਾ ਕੇ ਫਿਰ ਕੈਂਸਲ ਕਰ ਦਿੱਤਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਉਹ ਕਿਉਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅੱਜ 11 ਸਾਲ ਹੋਏ ਨੇ ਬਣੀ ਏ ਅਸੀਂ ਉਹਨਾਂ ਨੂੰ ਖਾਸ ਤਰਜੀਹ ਦਿੰਦੇ ਹਾਂ ਇੱਥੇ ਆਉਣ ਦੀ ਔਰ ਉਹ ਕਸ਼ਮੀਰੀ ਐਸੇ ਨੇ ਮੁਸਲਮਾਨ ਸਿੱਖ ਕਿ ਮੈਨੂੰ ਇਹ ਪਤਾ ਕਿ ਮੁਸਲਮਾਨ ਪਾਕਿਸਤਾਨ ਦੇ ਲਈ ਵੋਟ ਦੇ ਜਾਂ ਨਾ ਦੇ 11 ਸਾਲਾਂ ਦੇ ਵਿੱਚ ਅਸੀਂ ਜਿਹੜੀ ਮਿਹਨਤ ਕੀਤੀ ਏ ਸਿੱਖ ਪਹਿਲੇ ਪਾਕਿਸਤਾਨ ਨੂੰ ਵੋਟ ਦੇਗਾ ਕਸ਼ਮੀਰ ਦਾ ਲੇਕਿਨ ਉਹਨਾਂ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਉਹ ਇਸੇ ਲਈ ਕਰ ਦਿੱਤਾ ਗਿਆ ਜਿਹੜੀਆਂ ਇੱਥੇ ਗੱਲਾਂ ਸੁਣਨੇ ਆ ਪੈ ਕਿ ਜੀ ਉਹ ਭਾਰਤ ਨੂੰ ਪਸੰਦੀਦਾ ਮੁਲਕ ਕਰਾਰ ਦਿੰਦੇ ਨੇ ਦੂਸਰੀ ਮੇਰੀ ਕਰਜ਼ੇ ਵੇ ਕਿ ਭਾਰਤ ਤੋਂ ਜਿਹੜੀ ਮੁਰਗੀ ਦੀ ਖੁਰਾਕ ਆ ਰਹੀ ਏ ਉਹ ਖੁਰਾਕ ਸੂਰ ਦੀ ਬਣਦੀ ਏ ਉਹਦੇ ਵਿੱਚ ਉਹ ਪਲਾਂਟ ਲੱਗੇ ਹੋਏ ਨੇ ਤੇ ਜਿਹੜੀ ਕਣਕ ਚੌਲ ਮਕਈ ਉਹਦੀ ਛਟਕਣ ਫਟਕਣ ਕੋਈ ਸਬਜ਼ੀ ਗਲੀ ਸਰੀ ਤੇ ਸੂਰ ਪੂਰੇ ਉਹ ਇਸ ਤਰ੍ਹਾਂ ਪਟਾ ਚੱਲ ਰਿਹਾ ਉਹਦੇ ਵਿੱਚ ਉਹ ਵਾਰ ਦਿੰਦੇ ਨੇ ਜਿਵੇਂ ਰੂੰ ਪਿੰਜਣ ਵਾਲੇ ਪਿੰਜੇ ਚ ਤੇ ਉਹ ਕਰਚ ਕਰਕੇ ਤੇ ਉਹਦਾ ਕੀਮਾ ਬਣ ਜਾਂਦਾ ਉਹਦੀ ਖੁਰਾਕ ਬਣਦੀ ਹੈ ਤੁਸੀਂ ਬੜੀਆਂ ਮੋਟੀਆਂ ਤਾਜ਼ੀਆਂ ਮੁਰਗੀਆਂ ਖਾ ਰਹੇ ਹੋ ਇੱਥੇ ਬੜਾ ਕੁਝ ਕਰ ਰਹੇ ਹੋ ਕਿ ਜੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਉਹ ਕਰਾਂਗੇ ਮੈਂ ਕਹਾਂਗਾ ਕਿ ਅਗਰ ਤੁਸੀਂ ਇੱਕ ਮਹੀਨਾ ਕਸਮ ਖਾ ਲੋ ਕਿ ਉਹ ਮੁਰਗੀ ਨਹੀਂ ਖਾਵਾਂਗੇ ਜਿਹੜੀ ਭਾਰਤ ਤੋਂ ਆਈ ਏ ਉਹ ਸੂਰ ਦੀ ਖੁਰਾਕ ਦੀ ਪਲੀ ਹੋਈ ਭਾਰਤ ਤੋਂ ਮੁਰਗੀ ਨਹੀਂ ਆ ਮੁਰਗੀਆਂ ਵੀ ਵੈਸੇ ਸੁਣਿਆ ਆਉਂਦੀਆਂ ਨੇ ਪਤਾ ਨੀ ਆਈਆਂ ਨੇ ਕਿ ਨਹੀਂ ਲੇਕਿਨ ਪਾਕਿਸਤਾਨ ਦੇ ਜਿਹੜੇ ਮੁਰਗੀ ਖਾਨੇ ਨੇ ਉਹਨਾਂ ਦੇ ਵਿੱਚ ਭਾਰਤ ਦੇ ਇਹ ਖੁਰਾਕ ਆਉਂਦੀ ਏ ਜਿਹੜੀ ਸੂਰ ਨਾਲ ਤਿਆਰ ਕੀਤੀ ਹੁੰਦੀ ਏ ਤੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਨਾ ਵਾ ਕਿ ਇਹ ਇਹ ਕਿੱਥੋਂ ਤੱਕ ਇਹ ਵੀ ਕੋਈ ਮੌਲਵੀ ਇਹਨਾਂ ਨੂੰ ਕਵੇ ਔਰ ਫੇਰ ਵੀ ਤੁਸੀਂ ਆਪਣੇ ਪਾਕਿਸਤਾਨ ਬਚਾਉਣ ਲਈ ਅਗਰ ਇੱਕ ਮਹੀਨਾ ਉਹ ਮੁਰਗੀ ਨਾ ਖਰੀਦੋ ਜਿਹਨੇ ਸੂਰ ਖਾਧਾ ਆ ਤੇ ਮੇਰਾ ਖਿਆਲ ਹੈ ਤਾਂ ਵੀ ਤੁਹਾਡੀ ਬੜੀ ਫਤਿਹ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਜਨਾਬ ਸਰਦਾਰ ਸ਼ਾਮ ਸਿੰਘ ਸਾਹਿਬ ਔਰ ਸਾਨੂੰ ਇਹ ਗੱਲ ਸਮਝਾ ਰਹੇ ਸਨ